ਫਾਜ਼ਿਲਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਹੰਸਰਾਜ ਜੋਸਨ ਦਾ ਡੋਰ ਟੂ ਡੋਰ ਪ੍ਰਚਾਰ ਹੋਇਆ ਸ਼ੁਰੂ। ਸਲੇਮਸ਼ਾਹ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਦੇ ਨਾਲ ਕੀਤੀ ਮੁਲਾਕਾਤ। ਫਾਜ਼ਿਲਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹੰਸਰਾਜ ਜੋਸਨ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ। ਅੱਜ ਉਹਨਾਂ ਵੱਲੋਂ ਸਲੇਮਸ਼ਾਹ ਬਾਜ਼ਾਰ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੁਕਾਨਦਾਰਾਂ ਦੇ ਨਾਲ ਸੰਪਰਕ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਇਸ ਵਾਰ ਬਣੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ 13 ਸੂਤਰੀ ਜੋ ਉਹਨਾਂ ਦਾ ਪ੍ਰੋਗਰਾਮ ਹੈ ਉਸ ਨੂੰ ਲਾਗੂ ਕੀਤਾ ਜਾਏਗਾ ਅਤੇ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਅਤੇ ਲੋਕਾਂ ਦੇ ਨਾਲ ਜਨ ਸੰਪਰਕ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਫਾਜ਼ਿਲਕਾ ਦੇ ਵਿੱਚ ਅਭਿਆਨ ਲਗਾਤਾਰ ਜਾਰੀ ਰਹੇਗਾ। ਤੋ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਸਾਡੇ ਵਰਕਰ ਅਤੇ ਲੀਡਰ ਸਾਹਿਬਾਨ ਅਤੇ ਨਾਲ ਜੋ BSP ਦੇ ਫਾਜ਼ਿਲਕਾ ਸ਼ਹਿਰ ਦੇ ਨੇ ਅਸੀਂ ਸਾਰਿਆਂ ਨੇ ਜੋ ਘੰਟਾਘਰ ਤੋਂ ਲੈ ਕੇ ਚਾਲੂ ਕੀਤਾ ਆਪਣੇ ਸਲੇਮਸ਼ਾਹ ਰੋਡ ਦੇ ਦੋਨੋਂ ਤਰਫ ਜੋ ਡਾਕਟਰ ਸੰਦੀਪ ਉਹਨਾਂ ਦੇ ਅਖੀਰਲੇ ਉਹਨਾਂ ਦੀ ਅਸੀਂ ਨਵਦੀਪੁਰਾ ਦੇ ਗਏ ਹਾਂ ਅਤੇ ਲੋਕਾਂ ਨੂੰ ਮਿਲਿਆ, ਸਾਰੇ ਸਤਿਕਾਰਯੋਗ ਭੈਣਾਂ ਭਰਾਵਾਂ ਨੂੰ ਮਿਲਿਆ ਜਿਹੜੇ ਦੁਕਾਨਾਂ ਦੇ ਮਾਲਕ ਸਨ, ਦੁਕਾਨਾਂ 'ਤੇ ਖੜ੍ਹੇ ਸੀ। ਸਾਨੂੰ ਬੜਾ ਲੋਕਾਂ ਨੇ ਵਿਸ਼ਵਾਸ ਦਵਾਇਆ ਕਿਉਂਕਿ ਜੋ ਪੁਰਾਣੇ 4.5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਉਹ ਸਾਰੀਆਂ ਗੱਲਾਂ ਨੰਗੀਆਂ ਹੋ ਗਈਆਂ ਨੇ ਅਤੇ ਜੋ ਕੇਜਰੀਵਾਲ ਜੀ ਫਿਰਦੇ ਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਗੱਪਾਂ ਮਾਰ ਕੇ ਉਹਨਾਂ ਨੂੰ ਉਹਨਾਂ ਦੀਆਂ ਵੋਟਾਂ ਲੈਣਾ ਚਾਹੁੰਦੇ ਨੇ, ਉਹ ਵੀ ਲੋਕ ਬੜੀ ਭਲੀ ਬਾਤ ਉਹਨਾਂ ਤੋਂ ਜਾਣੂ ਹੋ ਗਏ ਨੇ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਤਾਂ ਕੁਛ ਕਰਦਾ ਨਹੀਂ ਕਿਉਂਕਿ ਦਿੱਲੀ ਪ੍ਰਦੇਸ਼ ਦਾ ਮੁੱਖ ਮੰਤਰੀ ਹੈ। ਜੇ ਉਹਨਾਂ ਦੇ ਵਿੱਚ ਗਟਸ ਨੇ ਚਾਹੇ ਉਹ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਰ ਰਿਹਾ ਅਤੇ ਚਾਹੇ ਕਰ ਰਿਹਾ ਕਿ 1000 ਰੁਪਇਆ ਅਸੀਂ ਹਰ ਔਰਤ ਨੂੰ ਦੇਵਾਂਗੇ 18 ਸਾਲ ਤੋਂ ਉੱਪਰ ਵਾਲੀ ਨੂੰ, ਇਹ ਸਾਰੀਆਂ ਜਿਹੜੀਆਂ ਪ੍ਰੈਕਟੀਕਲ ਗੱਲਾਂ ਨੇ ਇਹ ਥਰੈਕਟੀਕਲ ਗੱਲਾਂ ਨੇ। ਇਹ ਜਾ ਕੇ ਪਹਿਲਾਂ ਆਪਣੇ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਆਪਣੇ ਪ੍ਰਦੇਸ਼ ਦਿੱਲੀ ਦੇ ਵਿੱਚ ਲਾਗੂ ਕਰੋ, ਜੇ ਉੱਥੇ ਲਾਗੂ ਕਰ ਲਓਗੇ ਤਾਂ ਤੁਹਾਡੇ 'ਤੇ ਪੰਜਾਬ ਦੇ ਲੋਕ ਵੀ ਥੋੜ੍ਹਾ ਬਾਲਾ ਯਕੀਨ ਕਰ ਸਕਦੇ ਨੇ। ਔਰ ਇਸ ਕਰਕੇ ਫਾਜ਼ਿਲਕਾ ਦੇ ਲੋਕ ਅਤੇ ਪੰਜਾਬ ਦੇ ਲੋਕ ਇਹ ਸਾਰੇ ਬੜਾ ਭਾਰੀ ਜਿਹੜਾ ਸਮਰਥਨ ਦੇ ਰਹੇ ਨੇ ਅਕਾਲੀ ਦਲ ਅਤੇ BSP ਨੂੰ। ਮੋਦੀ ਸਾਹਿਬ ਵੱਲੋਂ ਜਿਵੇਂ ਜਿਹੜੇ ਕਾਨੂੰਨ ਪਾਸ ਕੀਤੇ ਗਏ ਸੀ ਖੇਤੀ ਕਾਨੂੰਨ, ਕ੍ਰਿਸ਼ੀ ਕਾਨੂੰਨ, ਉਹਨਾਂ ਨੂੰ ਵਾਪਸ ਲੈਣ 'ਤੇ ਕੀ ਅਸਰ ਪਏਗਾ ਇਲੈਕਸ਼ਨ ਨੂੰ ਲੈ ਕੇ? ਮੈਂ ਜੋ ਮਹਿਸੂਸ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਰਤਾ ਭਰ ਜਿਹੜਾ ਉਹਦਾ ਅਸਰ ਨਹੀਂ ਪੈਣਾ, BJP ਵਾਲਿਆਂ ਨੂੰ ਪਿੰਡਾਂ ਦੇ ਲੋਕਾਂ ਨੇ ਵੜ ਨਹੀਂ ਦੇਣਾ ਅਤੇ ਸ਼ਹਿਰ ਦੇ ਵਾਲੇ ਵੀ ਲੋਕਾਂ ਦੇ ਵਿੱਚ ਮੈਂ ਜਿਸ ਤਰੀਕੇ ਦੇ ਨਾਲ ਜੋਸ਼ ਦੇਖਿਆ ਹੈ, ਕਿਉਂਕਿ ਜਦੋਂ ਵੀ ਕਿਤੇ ਬਾਬਰਸ਼ਾਹੀ ਹੁੰਦੀ ਉਸ ਵੇਲੇ ਲੋਕ ਉਹ ਚਾਹੇ ਬਾਬਰਸ਼ਾਹੀ ਨੂੰ ਉਸ ਵੇਲੇ ਵਾਪਸ ਲੈ ਲੈਂਦਾ ਹੈ ਉਹਨੂੰ ਇੰਨੀ ਜਲਦੀ ਨਹੀਂ ਭੁੱਲਦੇ, ਕਿਉਂਕਿ ਲੋਕ ਚਾਹੁੰਦੇ ਨੇ ਕਿ ਮੋਦੀ ਤਾਂ ਪੰਜਾਬ ਦੇ ਵਿੱਚ ਗੱਲਾਂ ਇਹੋ ਜਿਹੀਆਂ ਕਰਦਾ ਜੇ ਮੋਦੀ ਨੂੰ ਉਹਨਾਂ ਚਿਰ ਪੰਜਾਬ ਦੇ ਲੋਕ ਹੀ ਨਹੀਂ ਔਰ ਹਿੰਦੁਸਤਾਨ ਦੇ ਮੈਂ ਲੋਕਾਂ ਦੀ ਗੱਲ ਕਰ ਰਿਹਾ ਉਹਨਾਂ ਚਿਰ ਸਬਰ ਦੇ ਨਾਲ ਨਹੀਂ ਬਹਿਣਗੇ ਜਿੰਨਾ ਚਿਰ ਇਹਦੀ ਜਿਹੜੀ ਸਾਰੀ ਫੱਟੀ ਹਿੰਦੁਸਤਾਨ ਤੋਂ ਜਿਹੜੀ ਨਹੀਂ ਪਹੁੰਚ ਕੇ ਜਿਹੜੀ ਖਤਮ ਕਰਦੇ। ਚੰਨੀ ਸਿਰਫ ਜਿਹੜਾ ਇੱਕ ਵੱਡੇ ਵੱਡੇ ਐਲਾਨਾਂ ਦਾ ਮੁੱਖ ਮੰਤਰੀ ਬਣ ਗਿਆ, ਖਜ਼ਾਨੇ ਦੇ ਵਿੱਚ ਕੁਛ ਹੈ ਨਹੀਂ ਅਤੇ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦਾ। ਆ 15 ਦਿਨ ਠਹਿਰ ਜਾਓ, ਇਹ ਜੋ ਇਹਨਾਂ ਸਾਰੀਆਂ ਲੋਕਾਂ ਦੇ ਨਾਲ ਕਮਿਟਮੈਂਟਾਂ ਕਰ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ, ਇਹ ਸਾਰਾ ਮਜ਼ਾਕ ਬਣ ਕੇ ਬਹਿ ਜਾਣਾ ਔਰ ਚੰਨੀ ਵਾਰਾਂ ਨੇ ਇਹਨਾਂ ਨੂੰ ਆਪ ਹੀ ਜਦੋਂ ਵੋਟਾਂ ਦੇ ਵਿੱਚ ਜਾਣਗੇ ਇਹਨਾਂ ਚੀਜ਼ਾਂ ਦੇ ਵਾਸਤੇ ਭੁਗਤਣਾ ਪਏਗਾ। ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ BJP ਅਕਾਲੀ ਦਲ ਦੁਬਾਰਾ ਗਠਬੰਧਨ ਜਿਹੜਾ ਕੀ ਹੈ ਉਮੀਦ ਲਗਾਈ ਜਾ ਸਕਦੀ ਹੈ? ਮੈਂ ਇਹਦੇ ਬਾਰੇ ਜ਼ਿਆਦਾ ਕਹਿ ਨਹੀਂ ਸਕਦਾ, ਪਰ ਜਿੱਥੋਂ ਤੱਕ ਮੈਂ ਆਪਣੇ ਪ੍ਰਧਾਨ ਸਾਹਿਬ ਦੇ ਨਾਲ ਗੱਲ ਕੀਤੀ ਅਤੇ ਜੋ ਹਾਲਾਤ ਬਣ ਗਏ ਨੇ, ਮੈਂ ਸਮਝਦਾ ਕਿ ਇਸ ਗੱਲ ਦੇ ਵਿੱਚ ਕੋਈ 1% ਵੀ ਸੱਚਾਈ ਨਹੀਂ ਹੋ ਸਕਦੀ, ਕਿਉਂਕਿ ਲੋਕ ਇਸ ਵੇਲੇ BJP ਨੂੰ ਉਹਨਾਂ ਦਾ ਸ਼ਕਲ ਨਹੀਂ ਦੇਖਣਾ ਚਾਹੁੰਦੇ ਉਹਨਾਂ ਦੇ ਲੀਡਰਾਂ ਦੀ, ਔਰ ਉਹਨਾਂ ਨੂੰ ਬਿਲਕੁਲ ਪੰਜਾਬ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਕਰਨ ਦੇ ਵਾਸਤੇ ਤਿਆਰ ਨੇ। ਅਸੀਂ ਪਾਰਟੀ ਪ੍ਰਧਾਨ ਸਰਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿਛਲੇ 1 ਮਹੀਨੇ ਤੋਂ ਫਾਜ਼ਿਲਕਾ ਸ਼ਹਿਰ ਦੇ ਵਿੱਚ ਹਰੇਕ ਦੁਕਾਨਦਾਰ ਕੋਲ ਡੋਰ ਟੂ ਡੋਰ ਜਾ ਕੇ ਚੋਰੀ ਹੰਸਰਾਜ ਜੀ ਜੋਸਨ ਸਾਹਿਬ ਜੋ ਸਾਡੇ ਗੱਠਜੋੜ ਦੇ ਕੈਂਡੀਡੇਟ ਨੇ ਉਹਨਾਂ ਦੀ ਅਗਵਾਈ ਹੇਠ ਸਮੁੱਚੀ ਅਕਾਲੀ BSP ਦੀ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਡੋਰ ਟੂ ਡੋਰ ਜਾ ਰਹੇ ਹਾਂ ਅਤੇ ਜਿਸ ਤਰ੍ਹਾਂ ਸਮਾਜ ਦੇ ਹਰੇਕ ਵਰਗ ਨੇ ਜਿਸ ਤਰ੍ਹਾਂ ਪਿਆਰ ਮਾਨ ਸਤਿਕਾਰ ਦਿੱਤਾ, ਇਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਰੀ ਹੰਸਰਾਜ ਜੀ ਜੋਸਨ ਸਾਹਿਬ ਨੂੰ ਵੱਡੀ ਫਰਕ ਨਾਲ ਜਿਹੜੇ ਫਾਜ਼ਿਲਕਾ ਦੇ ਲੋਕ ਜਿਤਾ ਕੇ ਇਹ ਸੀਟ ਬਾਦਲ ਸਾਹਿਬ ਦੀ ਝੋਲੀ ਪਾਉਣਗੇ। ਮੋਗੇ ਦੇ ਵਿੱਚ ਰੈਲੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਵੱਲੋਂ ਜੀ, ਅਤੇ ਕਿਹਾ ਗਿਆ ਮਹਿਲਾਵਾਂ ਨੂੰ 1000 ਰੁਪਏ ਗਰੰਟੀ ਦਿੱਤੀ ਹੈ ਉਹਨਾਂ ਨੇ, ਇਹਨੂੰ ਲੈ ਕੇ ਕੀ ਕਹੋਗੇ? ਪਹਿਲਾਂ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਪਹਿਲਾਂ ਦਿੱਲੀ ਦੇ ਵਿੱਚ ਇਹ ਲਾਗੂ ਕਰਨ ਜੀ, ਦਿੱਲੀ ਦੇ ਪ੍ਰੈਜ਼ੀਡੈਂਟ CM ਨੇ ਪਹਿਲਾਂ ਉੱਥੇ ਲਾਗੂ ਕਰਨ, ਇਹ ਸਿਰਫ ਪੰਜਾਬ ਦੇ ਲੋਕਾਂ ਨੂੰ
चन्नी साहब और केजरी साहब झूठे लारे ला के पंजाब के लोगों बड़ी बेभरोसगी इस टाइम पैदा हो चुकी है। फर्स्टली केजरीवाल ने आपकी स्टेट जितों प्रेजिडेंट सीएम ने उत्थे लागू कर फिर तो कोई लोग सोच सकते हैं मतलब कोरे गप मारे जा रहे हैं। देखो जिस तरह फाजिलका की जी पुरानी जी आज़ादी तो बाद जी मंग सी सब तो वड्डी तहसील होंगी सी जिला वो बादल साहब ने दिता डिस्ट्रिक्ट एडमिनिस्ट्रेटिव कंपलैक्स डिस्ट्रिक्ट जुडिशियल कंपलैक्स खेड स्टेडियम जिन्या भी इतने सहूलत ने वह बादल सरकार वेल आई तो हो नहीं फाजिलका के लोग आने वाली सरकार जी मुख्यमंत्री साहब सुखबीर सिंह जी बादल उस समय की गल की इतने तो जो एम एल ए सन सुरजीत कुमार जानी जो कि बीजेपी नाता से उन्होंने पंजाब की जी सरकार जो भी विकास होया वो सरदार प्रकाश सिंह जी बादल साहब का इतिहास है। पिछले पांच छे बार मुख्यमंत्री रहे ने पंजाब जिन्नी भी डिवेलपमेंट तो लोग भलाई स्कीम गरीबों वास्ते स्कीम जिन्हें भी ट्यूबवैल जिन्हें भी किसान पक्की स्कीम गरीबों की स्कीम सारिया बादल साहब की देन ने तो हूँ भी जोड़े साडे मेरे वकील भरा पिछले पौने पांच साल तो डिस्ट्रिक्ट कंज्यूमर फोरम की मांग कर रहे हैं किन्नी बार मिल चुके हैं। असं विश्वास दवाने कि सरकार बनते ही डिस्ट्रिक्ट कंज्यूमर फोरम कोर्ट भी इतने लिया जाएगी। थोड़ा लगता है कांग्रेस अपने वादे जो पूरे पूरी तरह साबित करने फेल हुई है झूठियाँ सोआं खा के आई सरकार ने केवल एक वादा भी पूरा नहीं किया। चन्नी साहब आए रेत क्या साढ़े पांच रुपये फुट आज तुम हमने फोन मार के पुछ लो 25-30 रुपये फुट तो घट रेत नहीं मिलनी। बिजली दे उन्होंने ऐलान किया बिजली दे बिल कल अखबारों के सिद्धू साहब उन्होंने पार्टी के प्रधान सिद्धू साहब ही उन्होंने कंडेम करी जाते हैं तो मैं तो की कह सकता यूथ का की रुख रहेगा जी इलेक्शन दे यूथ तुसी यूथ अकाली दल दे उद्देदार हो किस तरह का जड़ी मेजॉरिटी ऑफ जड़ी वोट्स जरा पूरे हिंदुस्तान दी गल करा मैं पंजाब दी गल करा जो भी सरकार यूथ का बड़ा वड्डा रोल है अते श्रोमणी अकाली दल दे विच नौजवानों नू बहुत वड्डा मान सत्कार दिता जांदा तुसी वेख्या भावें उह सरकार दे विच ते भावें पार्टी दे विच इस तरह जिन्ना यूथ अकाली दल मजबूत होकर लड़ रहा है तो यूथ अकाली दल आने वाली विधानसभा चुनाव के नौजवान अहम भूमिका निभा। थैंक यू सर।